ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ? ਠੀਕ ਠਾਕ ਹੋ ਸਾਰੇ? ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਇਹ ਬੰਦੇ ਦਾ ਨਾਮ ਹੈਗਾ ਐਂਡੀ ਬਰਾਊਨ, ਅਤੇ ਇਹਦੇ ਫਾਦਰ ਵੱਲੋਂ 1902 ਈਸਵੀ ਵਿੱਚ ਬਾਈਕ ਤਿਆਰ ਕੀਤੀ ਗਈ ਸੀ, ਸਾਈਕਲ ਤੋਂ ਬਾਈਕ ਤਿਆਰ ਕੀਤੀ ਗਈ ਸੀਗੀ। ਵੀਡੀਓ ਚੈੱਕ ਕਰੋ, ਤੁਹਾਨੂੰ ਬਹੁਤ ਸੋਹਣੀ ਵੀਡੀਓ ਲੱਗੇਗੀ। ਇਹ ਵੀਡੀਓ ਸੇਵ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਅਜੇ ਤੱਕ ਇਹ ਚੀਜ਼ ਨਹੀਂ ਦੇਖੀ ਹੈ। ਫਸਟ ਟਾਈਮ ਜਿਹੜਾ ਸੀਗਾ ਉਸ ਟਾਈਮ 'ਤੇ ਸਾਈਕਲ ਤੋਂ ਮੋਟਰਸਾਈਕਲ ਤਿਆਰ ਕੀਤਾ ਗਿਆ ਸੀ ਅੰਗਰੇਜ਼ਾਂ ਦੇ ਵੇਲੇ ਦਾ, 1902 ਈਸਵੀ ਵਿੱਚ। ਚੈੱਕ ਕਰੋ ਇਹਨਾਂ ਨੇ ਕੀ ਚੀਜ਼ ਉਸ ਟਾਈਮ 'ਤੇ ਬਣਾਈ ਆ, ਕਿੰਨਾ ਇਹਦੇ ਵਿੱਚ ਸੈਟਅਪ ਕੀਤਾ ਹੋਇਆ ਵਾ। ਦੇਖੋ ਆ ਕਿੱਥੇ ਰੇਸ, ਕਿੱਥੇ ਗੇਅਰ, ਕੀ ਕੀ ਇਹਦੇ ਵਿੱਚ ਇਹਨਾਂ ਨੇ ਲਗਾਇਆ ਹੋਇਆ ਵਾ। ਪ੍ਰੋਪਰ ਹੈਡ ਲਾਈਟ, ਹੋਰਨ ਸਭ ਕੁਝ ਲੱਗਾ ਹੋਇਆ ਇਹਦੇ ਵਿੱਚ, ਮੋਟਰ ਤੱਕ ਲੱਗੀ ਹੋਈ ਹੈ। ਦੇਖੋ ਹੱਥ ਨਾਲ ਪਹਿਲਾਂ ਘੁਮਾ ਕੇ ਜਿੰਨਾ ਖੂਬਸੂਰਤ ਇਹਨਾਂ ਨੇ ਸਾਈਕਲ ਬਣਾਇਆ ਹੋਇਆ ਮੋਟਰਸਾਈਕਲ, ਉਸ ਤੋਂ ਦੁੱਗਣਾ ਔਖਾ ਇਹਨੂੰ ਸਟਾਰਟ ਕਰਨਾ ਹੁੰਦਾ ਸੀ ਉਸ ਟਾਈਮ 'ਤੇ। ਸਟਾਰਟ ਕਰਨ ਤੋਂ ਪਹਿਲਾਂ ਵੀ ਦੇਖੋ ਕਿੰਨਾ ਕੁਛ ਕਰਨਾ ਪੈਂਦਾ ਸੀ ਤਾਂ ਜਾ ਕੇ ਕਿਤੇ ਸਟਾਰਟ ਹੁੰਦਾ ਸੀਗਾ। ਇਸ ਬੰਦੇ ਦੇ ਫਾਦਰ ਵੱਲੋਂ ਇਹ ਬਾਈਕ ਉਸ ਟਾਈਮ 'ਤੇ ਤਿਆਰ ਕੀਤੀ ਗਈ ਸੀ। ਇਹ ਇਟਲੀ ਦੇ ਵਿੱਚ ਕਿਸੇ ਮਿਊਜ਼ੀਅਮ ਦੇ ਵਿੱਚ ਇਹ ਚੀਜ਼ ਹੈਗੀ ਆ, ਇਸ ਟਾਈਮ ਲੱਗੀ ਹੋਈ ਆ। ਕਿੰਨੀ ਸ਼ਾਨਦਾਰ ਚੀਜ਼ ਉਸ ਟਾਈਮ ਦੀ ਇਹ ਬਣਾਈ ਹੋਏਗੀ। ਪ੍ਰੋਪਰ ਪੈਂਡਲ ਵਗੈਰਾ ਵੀ ਲੱਗੇ ਹੋਏ ਆ, ਮੋਟਰ ਵੀ ਲੱਗੀ ਹੋਈ ਆ, ਅਤੇ ਕਿੰਨਾ ਔਖਾ ਹੋ ਗਿਆ ਬੰਦਾ, ਜਿੰਨਾ ਦੇਖਣ ਨੂੰ ਸੋਹਣਾ ਲੱਗ ਰਿਹਾ ਉਸ ਤੋਂ ਦੁੱਗਣਾ ਇਹਨੂੰ ਸਟਾਰਟ ਕਰਨਾ ਔਖਾ ਹੋ ਰਿਹਾ। ਦੇਖੋ ਬੰਦੇ ਵਾਸਤੇ ਵੀ ਲਓ ਜੀ, ਚੈੱਕ ਕਰੋ ਰੇਸ ਵੀ ਕਿੱਥੇ ਲੱਗੀ ਹੋਈ ਆ, ਉੱਥੇ ਨਾਲ ਹੀ ਉਹਦੇ ਬ੍ਰੇਕ ਲੱਗੀ ਹੋਈ ਆ, ਨਾਲ ਹੀ ਉੱਥੇ ਰੇਸ ਲੱਗੀ ਹੋਈ ਆ। ਦੇਖੋ ਕੀ ਚੀਜ਼ ਬਣਾਈ ਹੋਈ ਆ ਅੰਗਰੇਜ਼ਾਂ ਨੇ। ਪ੍ਰੋਪਰ ਲਾਈਟਾਂ ਵਗੈਰਾ ਵੀ ਲੱਗੀਆਂ ਹੋਈਆਂ, ਨੰਬਰ ਪਲੇਟ ਤੱਕ ਲੱਗੀ ਹੋਈ ਹੈ। ਇਹ ਜਿਹੜੀ ਇਹਦੇ ਵਿੱਚ ਲਾਈਟ ਲੱਗੀ ਹੋਈ ਹੈ, ਦੀਵੇ ਵਾਲੀ ਲਾਈਟ ਲੱਗੀ ਹੋਈ ਹੈ। ਇਹ ਦੀਵਾ ਫਰੰਟ ਤੋਂ ਖੋਲ੍ਹ ਕੇ ਉਹਦੇ ਵਿੱਚ ਅੱਗ ਲਗਾਈ ਜਾਂਦੀ ਤਾਂ ਜਾ ਕੇ ਰੋਸ਼ਨੀ ਹੁੰਦੀ ਸੀਗੀ। ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ, ਤੁਹਾਡਾ ਇੱਕ ਸ਼ੇਅਰ ਕਾਫੀ ਜਣਿਆਂ ਨੂੰ ਇਹ ਨੌਲੇਜ ਦੇ ਸਕਦਾ ਆ, ਕਈਆਂ ਨੇ ਅਜੇ ਤੱਕ ਇਹ ਚੀਜ਼ ਦੇਖੀ ਨਹੀਂ ਹੋਏਗੀ ਅਜੇ ਤੱਕ। ਦੇਖੋ ਜੀ ਇਹ ਉਸ ਟਾਈਮ ਦਾ ਸਭ ਤੋਂ ਵੱਡਾ ਜਿਹਨੂੰ ਕਹਿੰਦੇ ਨਾ ਇਹ ਚੀਜ਼ ਬਣਾਈ ਸੀ। ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਫੋਲੋ ਜ਼ਰੂਰ ਕਰ ਲਿਆ ਕਰੋ। ਮਿਲਦੇ ਇੱਕ ਹੋਰ ਨਵੀਂ ਵੀਡੀਓ 'ਚ।